ਦੇਖੋ ਜੇਕਰ ਆਪਾਂ ਉਡਣਾ ਹੈ ਨਾ ਤੇ ਉਹਦੇ ਲਈ ਜ਼ਰੂਰੀ ਹੈ ਕਿ ਤੁਸੀਂ ਹੌਲੇ ਹੋਣੇ ਚਾਹੀਦੇ ਹੋ ਜਿੰਨਾ ਤੁਸੀਂ ਉੱਚਾ ਜਾਣਾ ਹੈ ਉਨਾ ਹੀ ਜ਼ਰੂਰੀ ਹੈ ਕਿ ਤੁਹਾਡੇ ਕੋਲ ਭਾਰ ਨਾ ਹੋਵੇ ਜਿੰਨਾ ਘੱਟ ਭਾਰ ਹੋਏਗਾ ਉਹਨਾਂ ਤੁਸੀਂ ਉੱਚਾ ਉਡ ਪਾਓਗੇ ਦੇਖੋ ਤੁਸੀਂ ਬੱਸ ਵਿੱਚ ਟਰੈਵਲ ਕਰਦੇ ਹੋ ਬੱਸ ਵਿੱਚ ਸਫ਼ਰ ਕਰਦੇ ਹੋ ਜਿਹੜਾ ਕੰਡਕਟਰ ਹੈ ਉਹ ਤੁਹਾਨੂੰ ਪੁੱਛਦਾ ਨਹੀਂ ਕਿ ਜਿਹੜਾ ਬੈਗ ਤੁਸੀਂ ਫੜਿਆ ਹੋਇਆ ਹੈ ਇਹਦੇ ਵਿੱਚ ਕਿੰਨਾ weight ਹੈ ਇਹਦੇ ਵਿੱਚ ਕਿੰਨਾ ਭਾਰ ਹੈ ਤੁਸੀਂ ਆਟੋ 'ਚ ਸਫ਼ਰ ਕਰਦੇ ਹੋ ਤੇ ਆਟੋ ਚਾਲਕ ਤੁਹਾਨੂੰ ਪੁੱਛਦਾ ਨਹੀਂ ਕਿ ਜਿਹੜਾ ਬੈਗ ਤੁਹਾਡੇ ਨਾਲ ਹੈ ਇਹਦੇ ਵਿੱਚ ਕਿੰਨਾ ਕੁ ਭਾਰ ਹੈ ਕਿਉਂਕਿ ਚੱਲਣ ਦੇ ਲਈ ਧਰਤੀ ਤੇ ਚੱਲਣ ਦੇ ਲਈ ਭਾਰ ਕੋਈ ਬਹੁਤਾ ਮਾਇਨੇ ਨਹੀਂ ਰੱਖਦਾ ਹੈ ਪਰ ਜੇਕਰ ਤੁਸੀਂ ਜਹਾਜ਼ ਦੇ ਅੰਦਰ ਫਲਾਈ ਕਰਨਾ ਹੈ ਜੇ ਜਦੋਂ ਤੁਸੀਂ 에어ਪੋਰਟ ਤੇ ਜਾਂਦੇ ਹੋ ਤੇ 에어ਪੋਰਟ ਵਾਲੇ ਤੁਹਾਨੂੰ ਪੁੱਛਦੇ ਨੇ ਕਿ ਜਿਹੜਾ ਬੈਗ ਤੁਹਾਡੇ ਨਾਲ ਐ ਇਸ ਦੇ ਅੰਦਰ ਭਾਰ ਕਿੰਨਾ ਹੈ ਕਿਉਂ ਕਿ ਜਦੋਂ ਉਡਣਾ ਹੈ ਉਡਣ ਦੇ ਲਈ ਜਿੰਨਾ ਹੌਲਾ ਹੋਵੇਗਾ ਉਹਨਾਂ ਜ਼ਿਆਦਾ ਆਸਾਨੀ ਰਹੇਗੀ ਉਡਣ ਦੇ ਅੰਦਰ ਤੁਸੀਂ ਕਦੀ ਰਾਕਟ ਦੇਖਿਆ ਹੋਵੇ ਸਪੇਸ ਯਾਤਰਾ ਦੇ ਲਈ ਜਦੋਂ ਧਰਤੀ ਤੋਂ ਅਕਾਸ਼ ਦੇ ਵੱਲ ਰਾਕਟ ਉਡਾਣ ਭਰਦਾ ਹੈ ਤੇ ਉਹਦੇ ਸੱਜੇ ਖੱਬੇ ਕਾਫੀ ਕੁਝ ਲੱਗਾ ਹੁੰਦਾ ਹੈ ਪਰ ਜਿਵੇਂ ਜਿਵੇਂ ਉੱਪਰ ਜਾਂਦਾ ਹੈ ᱛਿਵੇਂ ᱛਿਵੇਂ ਉਹਦੇ ਨਾਲੋਂ ਕੁਝ ਕੁ ਚੀਜ਼ਾਂ ਜੁਦਾ ਹੋ ਜਾਂਦੀਆਂ ਨੇ ਹੋਰ ਉੱਤੇ ਜਾਂਦਾ ਹੈ ਹੋਰ ਜੁਦਾ ਹੋ ਜਾਂਦੀਆਂ ਨੇ ਔਰ ਜਿਵੇਂ ਜਿਵੇਂ ਹੋਰ ਉਚਾਈ ਵੱਲ ਜਾਂਦਾ ਹੈ ਤੇ ਹੋਰ ਚੀਜ਼ਾਂ ਜੁਦਾ ਹੋ ਜਾਂਦੀਆਂ ਨੇ ਉਹਦਾ ਕੁਝ ਕੁ ਹਿੱਸਾ ਜਿਹੜਾ ਹੈ ਉਹਦੇ ਤੋਂ ਅਲੱਗ ਹੋ ਜਾਂਦਾ ਹੈ ਉਹ ਹੋਰ ਤੇਜ਼ੀ ਦੇ ਨਾਲ ਉੱਪਰ ਨੂੰ ਵੱਧਦਾ ਹੈ ਕਹਿਣ ਤੋਂ ਭਾਵ ਕਿ ਜੇਕਰ ਤੁਸੀਂ ਉੱਡਣਾ ਹੈ ਤੇ ਤੁਸੀਂ ਜਿਹੜਾ ਤੁਹਾਡੇ ਪਾਸ ਭਾਰ ਹੈ ਉਸ ਨੂੰ ਛੱਡਣਾ ਪਏਗਾ ਅੱਗੇ ਵਧਣ ਦੇ ਲਈ ਬਹੁਤ ਜ਼ਰੂਰੀ ਹੈ ਕਿ ਤੁਹਾਨੂੰ ਕੁਝ ਨਾ ਕੁਝ ਛੱਡਣਾ ਪਏਗਾ ਹੁਣ ਭਾਰ ਕਾਹਦਾ ਹੈ ਮਹਾਰਾਜ ਜੀ ਕਹਿੰਦੇ ਅਗਾਹਾਂ ਕੁ ਤਰਾਂਗ ਕਿ ਅੱਗੇ ਵਧ ਪਿੱਛੇ ਫੇਰ ਨਾ ਮੋੜੜਾ ਪਿੱਛੇ ਵੱਲ ਨਾ ਦੇਖ ਔਰ ਅੱਗੇ ਵਧਣ ਦੇ ਲਈ ਜ਼ਰੂਰੀ ਕੀ ਹੈ ਕਿ ਤੁਹਾਨੂੰ ਛੱਡਣਾ ਪੈਗਾ ਛੱਡਣਾ ਕੀ ਪੈਗਾ ਜੋ ਲੋਕ ਤੁਹਾਡੇ ਬਾਰੇ ਗੱਲਾਂ ਕਰਦੇ ਨੇ ਉਹਨਾਂ ਗੱਲਾਂ ਨੂੰ ਇਗਨੋਰ ਕਰਨਾ ਪੈਗਾ ਉਹਨਾਂ ਗੱਲਾਂ ਨੂੰ ਛੱਡਣਾ ਪੈਗਾ ਜੋ ਜੋ ਗੱਲਾਂ ਤੁਹਾਡੇ ਕੰਨਾਂ 'ਚ ਪੈਂਦੀਆਂ ਨੇ ਸੱਜਿਓਂ ਖੱਬਿਓਂ ਇੱਧਰੋਂ ਉੱਧਰੋਂ ਉਹਨਾਂ ਗੱਲਾਂ ਨੂੰ ਛੱਡਣਾ ਪੈਗਾ ਜਿੰਨਾ ਤੁਸੀਂ ਹਲਕੇ ਰਹੋਗੇ ਉਹਨਾਂ ਤੁਸੀਂ ਅੱਗੇ ਵਧੋਗੇ ਜਿੰਨਾ ਉਹਨਾਂ ਗੱਲਾਂ ਨੂੰ ਇਗਨੋਰ ਕਰੋਗੇ ਜਿੰਨਾ ਲੋਕਾਂ ਨੂੰ ਇਗਨੋਰ ਕਰੋਗੇ ਜੋ ਤੁਹਾਡੇ ਬਾਰੇ ਗੱਲਾਂ ਕਰਦੇ ਨੇ ਜੋ ਤੁਹਾਨੂੰ ਸੁਣਾਉਂਦੇ ਨੇ ਜਾਂ ਸੱਜੇ ਖੱਬੇ ਤੁਹਾਡੀਆਂ ਗੱਲਾਂ ਕਰਦੇ ਨੇ ਉਹਨਾਂ ਨੂੰ ਇਗਨੋਰ ਮਾਰਨਾ ਪੈਗਾ ਫਿਰ ਤੁਸੀਂ ਅੱਗੇ ਵੱਧ ਸਕਦੇ ਹੋ ਔਰ ਇਹ ਗੱਲ ਚੇਤੇ ਰੱਖਿਓ ਸਿਆਣੇ ਕਹਿੰਦੇ ਨੇ ਕਿ ਕੋਈ ਤੁਹਾਡੇ ਖਾਣੇ 'ਚ ਜ਼ਹਿਰ ਮਿਲਾ ਦੇ ਉਹ ਖਾਣਾ ਤੁਸੀਂ ਖਾ ਲਓ ਜ਼ਹਿਰ ਵਾਲਾ ਖਾਣਾ ਤੁਸੀਂ ਖਾ ਲਓ ਖਾਣ ਦੇ ਬਾਅਦ ਯੁੱਧ ਵੀ ਤੁਸੀਂ ਬਚ ਸਕਦੇ ਹੋ ਡਾਕਟਰ ਕੋਲ ਪਹੁੰਚ ਸਕਦੇ ਹੋ ਛੇਤੀ ਛੇਤੀ ਟ੍ਰੀਟਮੈਂਟ ਹੋ ਸਕਦਾ ਹੈ ਇਲਾਜ ਹੋ ਸਕਦਾ ਹੈ ਤੁਸੀਂ ਬਚ ਸਕਦੇ ਹੋ ਪਰ ਜੇਕਰ ਕੋਈ ਤੁਹਾਡੇ ਕੰਨਾਂ 'ਚ ਜ਼ਹਿਰ ਕੋਲਦਾ ਉਹ ਜ਼ਹਿਰ ਐਸਾ ਹੈ ਜਿੰਦੇ ਤੋਂ ਤੁਸੀਂ ਬਚ ਨਹੀਂ ਸਕਦੇ ਤੋਂ ਢੈਂਦੀ ਕਲਾਵਲੀਆਂ ਗੱਲਾਂ ਜਿਹੜੀਆਂ ਨੇ ਜੋ ਤੁਹਾਡੇ ਸੱਜੇ ਖੱਬੇ ਤੁਹਾਡੇ ਕੰਨਾਂ 'ਚ ਪੈਂਦੀਆਂ ਨੇ ਅਗਰ ਤੁਸੀਂ ਉਹਨਾਂ ਦਾ ਭਾਰ ਆਪਣੇ ਜਿਹਨ ਚ ਆਪਣੇ ਮਨ ਚ ਰੱਖਦੇ ਹੋ ਤੁਸੀਂ ਕਦੀ ਵੀ ਉੱਡ ਨਹੀਂ ਪਾਓਗੇ ਇਸੇ ਕਰਕੇ ਉਹਨਾਂ ਗੱਲਾਂ ਨੂੰ ਇਗਨੋਰ ਕਰੋ ਉਹਨਾਂ ਲੋਕਾਂ ਨੂੰ ਇਗਨੋਰ ਕਰੋ ਜੋ ਢੈਂ ਦੀ ਕਲਾ ਵੱਲ ਤੁਹਾਨੂੰ ਲੈ ਕੇ ਜਾਣਾ ਚਾਹੁੰਦੇ ਨੇ ਉੱਡਣਾ ਹੈ ਤੇ ਤੁਹਾਨੂੰ ਹੌਲੇ ਹੋਣਾ ਪਵੇਗਾ ਅਗਾਂਹ ਕੁ ਤਰਾਂਗ ਪਿੱਛੇ ਫੇਰਨਾ ਮੋੜਣਾ ਵਾਹਿਗੁਰੂ ਜੀ ਦਾ ਕਾਲਸਾ ਵਾਹਿਗੁਰੂ ਜੀ ਕੀ ਫਤ